ਸਰਦੀਆਂ ਦੇ ਵਿੱਚ ਉਂਦੇ ਕੱਪੜਿਆਂ ਨੂੰ ਧੋਣ ਤੋਂ ਪਹਿਲਾਂ ਧਿਆਨ ਰੱਖੋ ਇਹਨਾਂ ਗੱਲਾਂ ਦਾ। ਸਭ ਤੋਂ ਪਹਿਲੇ ਨੰਬਰ ਦੇ ਉੱਪਰ ਆ ਕਿ ਸਧਾਰਨ ਕੱਪੜਿਆਂ ਦੇ ਨਾਲ ਆਪਣੇ ਉਂਦੇ ਕੱਪੜੇ ਜਿਹੜੇ ਆ ਬਿਲਕੁਲ ਨਾ ਧੋਵੋ ਤੇ ਆਪਣੀ ਵਾਸ਼ਿੰਗ ਮਸ਼ੀਨ ਨੂੰ ਉਂਦੇ ਕੱਪੜਿਆਂ ਨੂੰ ਧੋਣ ਦੇ ਲਈ ਸਟੈਂਡਰਡ ਮੋਡ ਤੇ ਰੱਖੋ। ਦੂਸਰੇ ਨੰਬਰ ਦੇ ਉੱਪਰ ਆ ਕਿ ਜਦੋਂ ਵੀ ਤੁਸੀਂ ਉਂਦੇ ਕੱਪੜੇ ਜਿਹੜੇ ਆ ਸੁਕਾਉਣੇ ਆ ਤੇ ਉਹਨੂੰ ਜਿਹੜਾ ਹੈ ਵੱਧ ਤੋਂ ਵੱਧ ਧੁੱਪ ਦੇ ਵਿੱਚ 2 ਘੰਟੇ ਹੀ ਰੱਖਿਆ ਜਾਵੇ। ਜੇਕਰ 2 ਘੰਟਿਆਂ ਤੋਂ ਵੱਧ ਤੁਸੀਂ ਰੱਖਦੇ ਹੋ ਧੁੱਪ ਦੇ ਵਿੱਚ ਤੇ ਉਸ ਦੇ ਨਾਲ ਕੀ ਹੈ ਤੁਹਾਡੇ ਉਂਦੇ ਕੱਪੜੇ ਜਿਹੜੇ ਆ ਉਹ ਖਰਾਬ ਹੋ ਸਕਦੇ ਆ।